ਮਾਤਾ ਨੂੰ ਸ਼ੇਖ ਫਰੀਦ ਜੀ ਅੱਗੋਂ ਆਪ ਸਮਝਾਉਣ ਦੇ ਵੀ ਇਹ ਜਿਹੜੀਆਂ ਜਿੰਨੀਆਂ ਵੀ ਸੰਸਾਰਿਕ ਚੀਜ਼ਾਂ ਨੇ ਇਹ ਹੈ ਤੇ ਬੜੀਆਂ ਮਿੱਠੀਆਂ ਨੇ, ਪਰ ਜਦੋਂ ਹਰੀ ਦਾ ਨਾਮ ਮਨ ਵਿੱਚ ਵਸ ਜਾਂਦਾ ਹੈ, ਰਸਨਾ ਤੇ ਆ ਜਾਂਦਾ, ਫਿਰ ਇਹ ਸਾਰੀਆਂ ਚੀਜ਼ਾਂ ਫਿੱਕੀਆਂ ਪੈ ਜਾਂਦੀਆਂ। ਸੋ ਉਸ ਮਾਤਾ ਨੇ ਵੇਖ ਲੋ ਗੁੜ ਸ਼ੱਕਰ ਖਵਾ ਖਵਾ ਕੇ ਫਰੀਦ ਜੀ ਨੂੰ ਭਗਤ ਬਣਾ ਦਿੱਤਾ। ਇਸੇ ਤਰ੍ਹਾਂ ਹੀ ਮਾਤਾ ਦਾ ਰੋਲ ਦੱਸਿਆ ਗਿਆ, ਬੜਾ ਵੱਡਾ ਪਰਿਵਾਰ ਚ ਕਿਰਦਾਰ ਦੱਸਿਆ ਗਿਆ ਮਾਤਾ ਦਾ। ਮੈਂ ਅੱਗੇ ਦੱਸਿਆ ਵੀ ਚਾਹੇ ਉਹ ਸੋਰਮਾ ਬਣਾ ਦੇ, ਚਾਹੇ ਉਹ ਦਾਨੀ ਬਣਾ ਦੇ, ਚਾਹੇ ਉਹ ਭਗਤ ਬਣਾ ਦੇ, ਇਹ ਸਾਰੀਆਂ ਚੀਜ਼ਾਂ ਮਾਤਾ ਦੇ ਵਸ ਚ ਦੱਸੀਆਂ ਗਈਆਂ ਨੇ। ਗੁਰਬਾਣੀ ਚ ਵੀ ਮਾਤਾ ਦਾ ਸਤਿਗੁਰਾਂ ਨੇ ਬੜਾ ਉੱਚਾ ਦਰਜਾ ਦੱਸਿਆ ਗਿਆ। ਸੰਸਾਰ ਵਿੱਚ ਤੇ ਦਰਜਾ ਹੈ ਹੀ ਇਹ, ਆਮ ਅਸੀਂ ਸੰਸਾਰਿਕ ਭਾਸ਼ਾ ਵੇਖ ਲੋ ਬੋਲਦੇ ਹਾਂ ਤੇ ਪਹਿਲਾਂ ਮਾਤਾ ਦਾ ਨਾਂ ਆਉਂਦਾ ਵੀ ਮਾਤਾ ਪਿਤਾ ਕਿੱਥੇ ਹੋਣ। ਸੀਆ ਰਾਮ ਵੇਖ ਲੋ ਪਹਿਲਾਂ ਸੀਤਾ ਦਾ ਨਾਮ ਆਉਂਦਾ, ਅਸੀਂ ਆਪ ਆਪਣੀ ਲੋਕਲ ਭਾਸ਼ਾ ਚ ਵੀ ਜੇ ਝਾਤੀ ਮਾਰੀਏ, ਮਾਂ ਦਾ ਨਾਂ ਜਿਹੜਾ ਸਭ ਤੋਂ ਪਹਿਲਾਂ ਆਉਂਦਾ, ਬੜਾ ਉੱਚਾ ਦਰਜਾ ਦੱਸਿਆ ਗਿਆ ਸਮਾਜ ਦੇ ਵਿੱਚ ਵੀ। ਅੱਜ ਕੱਲ ਮੈਨੂੰ ਲੱਗਦਾ ਵੀ ਜਿੰਨੇ ਐਗਜ਼ਾਮੀਨੇਸ਼ਨ ਜਿਹੜੇ ਪੇਪਰ ਆਉਂਦੇ ਨੇ ਇਹਨਾਂ ਦੇ ਵਿੱਚ ਵੀ ਜਿਹੜਾ ਕਾਲਮ ਉਹ ਸਭ ਤੋਂ ਪਹਿਲਾਂ ਮਾਤਾ ਦਾ ਨਾਂ ਹੁੰਦਾ, ਸਾਰੇ ਜਾਣਦੇ ਹੀ ਹੋਵੋਗੇ। ਸੋ ਮਾਤਾ ਦਾ ਨਾਂ ਜਿਹੜਾ ਸੰਸਾਰ ਦੇ ਵਿੱਚ ਤਾਂ ਉੱਚਾ ਹੈ ਹੀ ਹੈ, ਗੁਰਬਾਣੀ ਦੇ ਵਿੱਚ ਵੀ ਬੜਾ ਉੱਚਾ ਦੱਸਿਆ ਗਿਆ। ਮਹਾਰਾਜ ਗੁਰਬਾਣੀ ਚ ਫਰਮਾਉਂਦੇ ਨੇ, ਕਹਿੰਦੇ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ। ਸਭ ਤੋਂ ਪਹਿਲਾਂ ਮਾਤਾ ਦਾ ਨਾਂ ਆਇਆ ਸੰਸਾਰ ਦੇ ਵਿੱਚ ਵੀ ਤੇ ਗੁਰਬਾਣੀ ਦੇ ਵਿੱਚ ਵੀ। ਸੋ ਮਾਤਾ ਦਾ ਜਿਹੜਾ ਦਰਜਾ ਹੈ ਉਹ ਸੰਸਾਰ ਦੇ ਵਿੱਚ ਬੜਾ ਉੱਚਾ ਤੇ ਸੁੱਚਾ ਮੰਨਿਆ ਗਿਆ। ਕਵੀ ਕਹਿੰਦਾ ਦਰਜਾ ਮਾਂ ਦਾ ਉੱਚਾ ਜਹਾਨ ਉੱਤੇ, ਕੋਈ ਇਹਦੇ ਬਰਾਬਰ ਨਹੀਂ ਤੁਲ ਸਕਦਾ। ਜਿਹੜੀਆਂ ਘਾਲਣਾ ਘਾਲੀਆਂ ਮਾਂ ਨੇ ਉਸ ਦਾ ਕੋਈ ਨੀ ਮੁੱਲ ਸਕਦਾ। ਮਾਂ ਦਾ ਦਿੱਤਾ ਹੋਇਆ ਅਸੀਂ ਸਾਰੀ ਉਮਰ ਨੀ ਦੇ ਸਕਦੇ, ਜਿੰਨਾ ਮਰਜ਼ੀ ਯਤਨ ਕਰ ਲਈਏ। ਕਹਿੰਦੇ ਪਿਆਰ ਮਾਂ ਦਾ ਕੀਮਤੀ ਹੀਰਿਆਂ ਤੋਂ, ਤੇ ਹੀਰਾ ਮਾਂ ਦੇ ਕਦਮਾਂ ਵਿੱਚ ਰੁੱਲ ਸਕਦਾ, ਤੇ ਬੰਦਾ ਆਪਣਾ ਆਪ ਤੇ ਭੁੱਲ ਸਕਦਾ ਹੈ ਪਰ ਮਾਂ ਨੂੰ ਕਦੇ ਨੀ ਭੁੱਲ ਸਕਦਾ। ਸੋ ਮਾਤਾ ਦਾ ਕਰੈਕਟਰ ਮਾਤਾ ਦਾ ਕਿਰਦਾਰ ਜਿਹੜਾ ਸੰਸਾਰ ਵਿੱਚ ਸਭ ਤੋਂ ਉੱਚਾ, ਗੁਰਬਾਣੀ ਵਿੱਚ ਸਭ ਤੋਂ ਉੱਚਾ। ਆ ਪ੍ਰੋਫੈਸਰ ਮੋਹਨ ਸਿੰਘ ਜਿਹੜੇ ਸਨ ਇਹਨਾਂ ਨੇ ਬੜਾ ਵਧੀਆ ਇੱਕ ਆਪਣੀ ਮਾਂ ਇੱਕ ਉਹਨਾਂ ਨੇ ਕਵਿਤਾ ਲਿਖੀ, ਉਹਦੇ ਵਿੱਚ ਉਹਨਾਂ ਲਿਖਿਆ ਕਹਿੰਦੇ ਨੇ ਮਾਂ ਜਿਹਾ ਕਣਛਾਵਾਂ ਬੂਟਾ ਕਿਧਰੇ ਨਜ਼ਰ ਨਾ ਆਵੇ, ਮਾਂ ਜਿਹਾ ਕਣਛਾਵਾਂ ਬੂਟਾ ਕਿਧਰੇ ਨਜ਼ਰ ਨਾ ਆਵੇ, ਉਸ ਤੋਂ ਲੈ ਕੇ ਥਾਂ ਉਧਾਰੀ ਤੇ ਰੱਬ ਨੇ ਸਵਰਗ ਬਣਾਏ। ਹੋਰ ਸਭ ਦੁਨੀਆਂ ਦੇ ਬੂਟੇ ਜੜ ਬੂਟਿਆ ਸੁੱਕ ਜਾਵਣ, ਇਹ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਵੇ। ਮਾਤਾ ਦਾ ਸੁਭਾਵ ਇਸ ਤਰ੍ਹਾਂ ਦਾ ਦੇਖਿਆ ਗਿਆ, ਜਰਾ ਕੁ ਬੱਚਿਆਂ ਦੇ ਕਿਤੇ ਕੋਈ ਵੀ ਅਪ ਸ਼ਕਣ ਹੋ ਜੇ, ਕੋਈ ਚੋਟ ਲੱਗ ਜੇ, ਕੋਈ ਦਰਦ ਲੱਗ ਜੇ ਤੇ ਮਾਤਾ ਦਾ ਕੀ ਹਾਲ ਹੁੰਦਾ। ਇਹ ਉਹਦੇ ਫੁੱਲ ਨੇ, ਇਹਨਾਂ ਨੂੰ ਵੇਂਦੇ ਹੀ ਉਹ ਮੁਰਝਾ ਜਾਂਦੀ ਹੈ ਇੱਕ ਮਿੰਟ ਤੋਂ ਪਹਿਲਾਂ। ਇਹ ਹੱਸਦੇ ਖੇਡਦੇ ਨਜ਼ਰ ਆਉਣ ਤੇ ਮਾਤਾ ਖੁਸ਼ ਹੁੰਦੀ ਹੈ। ਮਾਂ ਜਿਹੜੀ ਹੁੰਦੀ ਹੈ ਪਰਿਵਾਰ ਦੇ ਵਿੱਚ ਇੱਕ ਕਹਿੰਦੇ ਨੇ ਬਈ ਠੰਡੀ ਛਾਂ ਬਣ ਕੇ ਪਰਿਵਾਰ ਨੂੰ ਪਾਲਦੀ ਏ, ਬੜਾ ਸੰਘਣਾ ਬ੍ਰਿਕਸ਼ ਜਿਹਦੀ ਛਾਇਆ ਹੇਠ ਕੋਈ ਵੀ ਬਹਿ ਜੇ
ਉੱਥੇ ਬ੍ਰਿਕਸ਼ ਨੇ ਕਦੀ ਇੱਕ ਵਿਤਕਰਾ ਨਹੀਂ ਕੀਤਾ ਵੀ ਇਹ ਹਿੰਦੂ ਬੈਠਾ ਮੁਸਲਮਾਨ ਬੈਠਾ। ਇਸ ਤਰ੍ਹਾਂ ਜਿਸ ਤਰ੍ਹਾਂ ਬ੍ਰਿਕਸ਼ ਹਰ ਇੱਕ ਨੂੰ ਠੰਡੀ ਛਾਂ ਦਿੰਦਾ, ਮਾਤਾ ਦਾ ਵੀ ਇਸੇ ਤਰ੍ਹਾਂ ਰੋਲ ਦੱਸਿਆ ਗਿਆ। ਉਹ ਜੀ ਮਾਵਾ ਠੰਡੀਆਂ ਛਾਵਾ ਪੁੱਛਾਵਾ ਕੌਣ ਵੇਖਦੇ ਆਏ ਆ। ਇਹ ਅੱਜ ਦਾ ਨਹੀਂ, ਇਹ ਯੁੱਗਾਂ ਤੋਂ ਇਸੇ ਤਰ੍ਹਾਂ ਦਾ ਚੱਲਦਾ ਆਉਂਦਾ।